ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਵਿੱਚ। ਮਾਸਟਰ ਕੇਡਰ ਸਬਜੈਕਟ ਹੈ ਜੀ ਹਿਸਟਰੀ, ਪਾਰਟ ਨੰਬਰ 10 ਲੈ ਕੇ ਆਏ ਹਾਂ। 194 ਤੱਕ ਹੈ ਜੀ, ਉਸ ਤੋਂ ਪਹਿਲਾਂ ਵਾਲੇ ਯਾਨੀ ਕਿ 9 ਨੰਬਰ ਪਾਰਟ ਵਿੱਚ ਅਸੀਂ ਪ੍ਰਸ਼ਨ ਪ੍ਰੋਵਾਈਡ ਕੀਤੇ ਸੀ। ਬਾਕੀ ਦੇ ਪਾਰਟ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ, ਜਾਂ ਫਿਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਅਸੀਂ ਪਲੇਲਿਸਟ ਦਾ ਲਿੰਕ ਲਗਾ ਦੇਵਾਂਗੇ, ਜਿਸ 'ਤੇ ਤੁਸੀਂ ਕਲਿੱਕ ਕਰਕੇ ਸਾਰੇ ਪਾਰਟ ਰੀਡ ਕਰ ਸਕਦੇ ਹੋ। ਸੋ ਚੈਨਲ 'ਤੇ ਪਹਿਲੀ ਵਾਰ ਆਏ ਹੋ ਜੀ, ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਮਾਸਟਰ ਕੇਡਰ ਦੇ ਸਬਜੈਕਟ ਨਾਲ ਰਿਲੇਟਡ ਜੋ ਮੋਸਟ ਇੰਪੋਰਟੈਂਟ ਪ੍ਰੈਸ਼ਨ ਹੁੰਦੇ ਹੈ ਉਹ ਮਿਲਦੇ ਰਹਿਣ। ਸਟਾਰਟ ਕਰਦੇ ਹਾਂ ਜੀ 195 ਪ੍ਰਸ਼ਨ ਤੋਂ। ਨਿਰਵਾਣ ਪ੍ਰਾਪਤ ਕਰਨ ਲਈ ਮਹਾਤਮਾ ਬੁੱਧ ਨੇ ਜੋ ਮਾਰਗ ਦੱਸਿਆ ਸੀ ਉਹ ਕਿਹੜਾ ਸੀਗਾ? ਆਪਸ਼ਨ ਊੜਾ 4 ਸੱਚ, ਅਸ਼ਟ ਮਾਰਗ, ਆਪਸ਼ਨ ਈੜੀ ਤਿਰਰਤਨ, ਆਪਸ਼ਨ ਸੱਸਾ ਨਿਸ਼ਕਾਮ ਕਰਮ। ਜੋ ਨਿਰਵਾਣ ਦੀ ਪ੍ਰਾਪਤੀ ਲਈ ਮਹਾਤਮਾ ਬੁੱਧ ਨੇ ਮਾਰਗ ਦੱਸਿਆ ਸੀ ਜਿਹੜਾ ਉਹ ਕਿਹੜਾ ਸੀਗਾ? ਕਿੰਨੇ ਪ੍ਰਸ਼ਨ ਤੁਹਾਡੇ ਰਾਈਟ ਜਾਂਦੇ ਹੈ ਤਾਂ ਵੀਡੀਓ ਦੇ ਕਮੈਂਟ ਵਿੱਚ ਜ਼ਰੂਰ ਮੈਨਸ਼ਨ ਕਰ ਦਿਆ ਕਰੋ। ਤਾਂ ਉਹ ਮਾਰਗ ਸੀਗਾ ਜੀ ਆਪਸ਼ਨ ਆੜਾ, ਅਸ਼ਟ ਮਾਰਗ। ਨਿਰਵਾਣ ਦੀ ਪ੍ਰਾਪਤੀ ਲਈ ਮਹਾਤਮਾ ਬੁੱਧ ਨੇ ਮਾਰਗ ਦੱਸਿਆ ਸੀਗਾ। ਅਗਲਾ ਪ੍ਰਸ਼ਨ ਹੈ, ਕਰਮ ਦੇ ਸਿਧਾਂਤ ਦੀ ਜਾਣਕਾਰੀ ਮਹਾਤਮਾ ਬੁੱਧ ਨੇ ਕਿਹੜੀ ਸਦੀ ਵਿੱਚ ਦਿੱਤੀ ਸੀ? 5ਵੀਂ ਸਦੀ ਵਿੱਚ, 6ਵੀਂ, 7ਵੀਂ ਜਾਂ ਫਿਰ 4ੀ ਸਦੀ ਵਿੱਚ? ਤਾਂ ਇਹ ਦਿੱਤੀ ਸੀ ਜੀ ਆਪਸ਼ਨ ਆੜਾ, 6ਵੀਂ ਸਦੀ ਈਸਵੀ ਵਿੱਚ ਹੈ ਜੋ ਕਰਮ ਦੇ ਸਿਧਾਂਤ ਦੀ ਜਾਣਕਾਰੀ ਮਹਾਤਮਾ ਬੁੱਧ ਜੀ ਨੇ ਦਿੱਤੀ ਸੀ। ਆਪਸ਼ਨ ਆੜਾ ਸਾਡਾ ਆਨਸਰ ਆਵੇਗਾ। ਅਸ਼ੋਕ ਨੇ ਆਪਣੇ ਧੰਮਾਂ ਵਿੱਚ ਜਿਸ ਖਰੋਸ਼ਟੀ ਲਿਪੀ ਦਾ ਪ੍ਰਯੋਗ ਕੀਤਾ ਸੀ ਉਹ ਲਿਪੀ ਕਿੰਨਾਂ ਦੀ ਦੇਣ ਸੀ? ਈਰਾਨੀਆਂ ਦੀ, ਚੀਨੀਆਂ ਦੀ, ਯੂਨਾਨੀਆਂ ਦੀ ਜਾਂ ਫਿਰ ਰੋਮਨ ਦੀ? ਖਰੋਸ਼ਟੀ ਲਿਪੀ ਦਾ ਪ੍ਰਯੋਗ ਕੀਤਾ ਸੀ ਰਾਜੇ ਅਸ਼ੋਕ ਨੇ ਆਪਣੇ ਧੰਮਾਂ ਵਿੱਚ, ਤਾਂ ਇਹ ਲਿਪੀ ਸੀ ਜਿਹੜੀ ਖਰੋਸ਼ਟੀ ਲਿਪੀ ਇਹ ਕਿੰਨਾਂ ਦੀ ਦੇਣ ਸੀ ਇਹ ਦੱਸਣਾ? ਤਾਂ ਇਹ ਦੇਣ ਸੀ ਜੀ ਈਰਾਨੀਆਂ ਦੀ। ਆਪਸ਼ਨ ਊੜਾ ਸਾਡਾ ਆਨਸਰ ਆਏਗਾ। ਖਰੋਸ਼ਟੀ ਲਿਪੀ ਸੀ ਜਿਹੜੀ ਈਰਾਨੀਆਂ ਦੀ ਦੇਣ ਸੀ ਜਿਹਨੂੰ ਰਾਜੇ ਅਸ਼ੋਕ ਨੇ ਆਪਣੇ ਧੰਮਾਂ ਵਿੱਚ ਪ੍ਰਯੋਗ ਕੀਤਾ ਸੀ। ਕੌਟਿਲਿਆ ਦਾ ਅਰਥ ਸ਼ਾਸਤਰ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਹੈ? ਸੰਸਕ੍ਰਿਤ ਭਾਸ਼ਾ ਵਿੱਚ, ਹਿੰਦੀ ਭਾਸ਼ਾ ਵਿੱਚ, ਪਾਲੀ ਜਾਂ ਫਿਰ ਪ੍ਰਾਕਿਰਤ ਭਾਸ਼ਾ ਵਿੱਚ? ਜੋ ਕੌਟਿਲਿਆ ਦਾ ਅਰਥ ਸ਼ਾਸਤਰ ਹੈ ਉਹਦੀ ਲੈਂਗੁਏਜ ਕਿਹੜੀ ਹੈ? ਤਾਂ ਉਹ ਹੈ ਜੀ ਸੰਸਕ੍ਰਿਤ ਭਾਸ਼ਾ। ਕੌਟਿਲਿਆ ਦਾ ਜਿਹੜਾ ਅਰਥ ਸ਼ਾਸਤਰ ਹੈ ਉਹ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਗਿਆ ਹੈ। ਪੁਰਾਤਨ ਭਾਰਤੀ ਸਮਾਜ ਮਾਨਵ ਦੇ ਜੀਵਨ ਨੂੰ 100 ਵਰੇ ਦਾ ਸਮਝ ਕੇ ਚਾਰ ਭਾਗਾਂ ਵਿੱਚ ਵੰਡਣ ਦੀ ਜੋ ਪ੍ਰਥਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ? ਜਾਤ ਪ੍ਰਥਾ, ਆਸ਼ਰਮ ਪ੍ਰਥਾ, ਯੋਗ ਪ੍ਰਥਾ ਜਾਂ ਫਿਰ ਆਯੂ ਪ੍ਰਥਾ? ਪੁਰਾਤਨ ਭਾਰਤੀ ਸਮਾਜ ਮਾਨਵ ਦੇ ਜੀਵਨ ਦੀ ਇਹ ਗੱਲ ਕਰਦਾ ਜਿਹਨੂੰ 100 ਵਰੇ ਦਾ ਸਮਝ ਕੇ ਚਾਰ ਭਾਗਾਂ ਵਿੱਚ ਜੋ ਵੰਡਣ ਦੀ ਪ੍ਰਥਾ ਹੈ ਉਸ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਹ ਕਿਹਾ ਜਾਂਦਾ ਹੈ ਜੀ ਆਸ਼ਰਮ ਪ੍ਰਥਾ, ਆਪਸ਼ਨ ਆੜਾ। ਗੁਪਤ ਕਾਲ ਵਿੱਚ ਜਿਹੜਾ ਵਿਦੇਸ਼ੀ ਬੁੱਧ ਧਰਮ ਦਾ ਗਿਆਨ ਪ੍ਰਾਪਤ ਕਰਨ ਲਈ ਭਾਰਤ ਆਇਆ ਸੀ ਉਹ ਕੌਣ ਸੀਗਾ? ਬਰਨੀਅਰ, ਫਾਹੀਜਾਨ, ਹਿਊਨਸਾਂਗ ਜਾਂ ਫਿਰ ਸੈਲਯੁਕਸ? ਗੁਪਤ ਕਾਲ ਵਿੱਚ ਆਇਆ ਸੀਗਾ
ਬੁੱਧ ਧਰਮ ਦਾ ਗਿਆਨ ਪ੍ਰਾਪਤ ਕਰਨ ਲਈ ਭਾਰਤ ਉਸ ਹੈ ਜੋ ਵਿਅਕਤੀ ਦਾ ਨਾਮ ਦੱਸਣਾ ਹੈ, ਉਸ ਵਿਦੇਸ਼ੀ ਦਾ ਕੌਣ ਸੀਗਾ, ਤਾਂ ਉਹ ਸੀਗਾ ਜੀ ਆਪਸ਼ਨ ਆੜਾ ਫਾਹੀਜਾਨ। ਤਾਜ ਮਹਿਲ ਕਿਸ ਦੀ ਯਾਦ ਵਿੱਚ ਬਣਾਇਆ ਗਿਆ ਸੀ, ਮੁਮਤਾਜ ਮਹਿਲ ਦੀ, ਨੂਰਜਹਾਂ ਦੀ, ਲਾਡਲੀ ਬੇਗਮ ਜਾਂ ਫਿਰ ਸੁਲਤਾਨ ਰਜ਼ੀਆ ਦੀ ਯਾਦ ਵਿੱਚ? ਤਾਂ ਇਹ ਬਣਾਇਆ ਗਿਆ ਸੀ ਜੀ ਮੁਮਤਾਜ ਮਹਿਲ ਦੀ ਯਾਦ ਵਿੱਚ ਹੈ ਜੋ ਤਾਜ ਮਹਿਲ ਬਣਵਾਇਆ ਗਿਆ ਸੀ। ਪਹਿਲੀ ਰੇਲਵੇ ਲਾਈਨ ਕਿਸ ਗਵਰਨਰ ਜਨਰਲ ਦੇ ਸਮੇਂ ਬਣ ਕੇ ਤਿਆਰ ਹੋਈ ਸੀ, ਲਾਰਡ ਕੈਨਿੰਗ ਦੇ ਸਮੇਂ, ਲਾਰਡ ਡਲਹੌਜੀ ਦੇ ਸਮੇਂ, ਲਾਰਡ ਵਿਲੀਅਮ ਵੈਂਟਿੰਗ ਦੇ ਸਮੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਜਿਹੜੀ ਪਹਿਲੀ ਰੇਲਵੇ ਲਾਈਨ ਸੀ ਉਸ ਸਮੇਂ ਕਿਹੜਾ ਗਵਰਨਰ ਜਨਰਲ ਸੀਗਾ ਜਦੋਂ ਇਹ ਬਣ ਕੇ ਤਿਆਰ ਹੋਈ ਸੀ? ਤਾਂ ਉਹ ਸੀਗਾ ਜੀ ਲਾਰਡ ਡਲਹੌਜੀ, ਆਪਸ਼ਨ ਆੜਾ। ਪਹਿਲੀ ਜੋ ਰੇਲਵੇ ਲਾਈਨ ਸੀ ਲਾਰਡ ਡਲਹੌਜੀ ਗਵਰਨਰ ਜਨਰਲ ਦੇ ਸਮੇਂ ਬਣ ਕੇ ਤਿਆਰ ਹੋਈ ਸੀ, ਆਪਸ਼ਨ ਆੜਾ ਸਾਡਾ ਆਂਸਰ ਆਵੇਗਾ। ਅਗਲਾ ਪ੍ਰਸ਼ਨ ਹੈ ਜੀ ਸਥਾਈ ਬੰਦੋਬਸਤ, ਰੈਯਤਵਾੜੀ ਅਤੇ ਮਹਿਲਵਾੜੀ ਪ੍ਰਣਾਲੀ ਦਾ ਸੰਬੰਧ ਸੀਗਾ, ਕਿਸ ਨਾਲ ਸੰਬੰਧ ਸੀ ਇਹਨਾਂ ਤਿੰਨਾਂ ਦਾ? ਕਾਨੂੰਨ ਨਾਲ, ਨਿਆਂ ਨਾਲ, ਭੋਈ ਨਾਲ ਜਾਂ ਫਿਰ ਇਹਨਾਂ ਵਿੱਚੋਂ ਕਿਸੇ ਨਾਲ ਵੀ ਨਹੀਂ? ਇਹ ਜਿਹੜੀਆਂ ਤਿੰਨ ਪ੍ਰਣਾਲੀਆਂ ਸੀ ਇਹਨਾਂ ਦਾ ਸੰਬੰਧ ਕਿਸ ਨਾਲ ਸੀਗਾ? ਤਾਂ ਉਹ ਸੀਗਾ ਜੀ ਆਪਸ਼ਨ ਈ ਡੀ ਭੋਈ ਨਾਲ, ਯਾਨੀ ਕਿ ਭੂਮੀ ਨਾਲ। ਸਥਾਈ ਬੰਦੋਬਸਤ, ਰੈਯਤਵਾੜੀ, ਮਹਿਲਵਾੜੀ ਇਹ ਪ੍ਰਣਾਲੀਆਂ ਸੀ ਤਿੰਨ ਜਿਨ੍ਹਾਂ ਦਾ ਸੰਬੰਧ ਭੂਮੀ ਜਾਂ ਭੋਈ ਨਾਲ ਸੀ, ਆਪਸ਼ਨ ਈ ਡੀ ਸਾਡਾ ਆਂਸਰ ਆਏਗਾ। ਭਾਰਤ ਦਾ ਰਾਜ ਕੰਪਨੀ ਤੋਂ ਕੰਪਨੀ ਰਾਜ ਭਾਰਤ ਦਾ ਰਾਜ ਕੰਪਨੀ ਤੋਂ ਅੰਗਰੇਜ਼ੀ ਰਾਜ ਦੇ ਪ੍ਰਬੰਧ ਵਿੱਚ ਕਦੋਂ ਆਇਆ ਸੀਗਾ? 1858, 1911, 1935 ਜਾਂ ਫਿਰ 1773 ਈਸਵੀ ਵਿੱਚ? ਤਾਂ ਇਹ ਆਇਆ ਸੀਗਾ ਜੀ ਆਪਸ਼ਨ ਊੜਾ, 1858 ਵਿੱਚ ਹੈ ਜੋ ਭਾਰਤ ਦਾ ਰਾਜ ਕੰਪਨੀ ਤੋਂ ਅੰਗਰੇਜ਼ੀ ਰਾਜ ਦੇ ਪ੍ਰਬੰਧ ਵਿੱਚ ਆ ਗਿਆ ਸੀਗਾ। ਅਠਾਰਾਂ ਸੌ 57 ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਭੜਕਿਆ ਸੀਗਾ? ਮੇਰਠ ਵਿੱਚ, ਦਿੱਲੀ, ਕਾਨਪੁਰ ਜਾਂ ਫਿਰ ਲਖਨਊ ਵਿੱਚ? ਤਾਂ ਇਹ ਸਭ ਤੋਂ ਪਹਿਲਾਂ ਹੋਇਆ ਸੀਗਾ ਜੀ ਆਪਸ਼ਨ ਊੜਾ, ਮੇਰਠ ਵਿੱਚ। ਇਹਦਾ ਕਾਰਨ ਸੀਗਾ ਜਿਹੜਾ ਉਹ ਚਰਬੀ ਵਾਲੇ ਕਾਰਤੂਸ ਸੀਗੇ। ਰੈਯਤਵਾੜੀ ਪ੍ਰਣਾਲੀ ਕਿਸਨੇ ਸ਼ੁਰੂ ਕੀਤੀ ਸੀ? ਥਾਮਸ ਮੁਨਰੋ ਨੇ, ਲਾਰਡ ਕਾਰਨਵਾਲਸ ਨੇ, ਲਾਰਡ ਵੈਲਜਲੀ ਨੇ ਜਾਂ ਫਿਰ ਲਾਰਡ ਡਲਹੌਜੀ ਨੇ? ਰੈਯਤਵਾੜੀ ਜਿਹੜੀ ਪ੍ਰਣਾਲੀ ਸੀ ਇਸਨੂੰ ਕਿਸਨੇ ਸਟਾਰਟ ਕੀਤਾ ਸੀਗਾ? ਤਾਂ ਇਹ ਕੀਤਾ ਸੀਗਾ ਥਾਮਸ ਮੁਨਰੋ ਨੇ, ਆਪਸ਼ਨ ਊੜਾ ਸਾਡਾ ਆਂਸਰ ਆਵੇਗਾ। ਕਨਿਸ਼ਕ ਲਗਭਗ ਕਦੋਂ ਰਾਜਗੱਦੀ 'ਤੇ ਬੈਠਾ ਸੀ? 78 ਈਸਵੀ, 70 ਈਸਵੀ, 87 ਈਸਵੀ ਜਾਂ ਫਿਰ 75 ਈਸਵੀ ਨੂੰ? ਕਨਿਸ਼ਕ ਦਾ ਸਮਾਂ ਕਿਹੜਾ ਸੀ ਰਾਜਗੱਦੀ 'ਤੇ ਬੈਠਣ ਦਾ, ਕਿਹੜੀ ਟਾਈਮਿੰਗ ਸੀ ਜਦੋਂ ਰਾਜਗੱਦੀ 'ਤੇ ਬੈਠਾ ਸੀ? ਤਾਂ ਉਹ ਸੀਗਾ ਜੀ 78 ਈਸਵੀ ਵਿੱਚ ਹੈ ਜੋ ਕਨਿਸ਼ਕ ਰਾਜਗੱਦੀ ਉੱਪਰ ਬੈਠਾ ਸੀ।
ਅਗਲਾ ਪ੍ਰਸ਼ਨ ਹੈ ਜੀ, ਪ੍ਰਸਿੱਧ ਸੂਫੀ ਸੰਤ ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਕਿਹੜੇ ਸ਼ਹਿਰ ਵਿੱਚ ਸਥਿਤ ਹੈ? ਅਜਮੇਰ ਵਿੱਚ, ਆਗਰੇ, ਦਿੱਲੀ ਜਾਂ ਫਿਰ ਸੀਕਰੀ ਵਿੱਚ, ਜਿਹਨੂੰ ਫਤਿਹਪੁਰ ਸੀਕਰੀ ਕਿਹਾ ਜਾਂਦਾ ਹੈ। ਪ੍ਰਸਿੱਧ ਜੋ ਸੂਫੀ ਸੰਤ ਹੋਏ ਨੇ ਸੰਤ ਹਜ਼ਰਤ ਨਿਜ਼ਾਮੂਦੀਨ ਔਲੀਆ, ਇਹਨਾਂ ਦੀ ਦਰਗਾਹ ਦੱਸਣੀ ਹੈ ਕਿਹੜੇ ਸ਼ਹਿਰ ਵਿੱਚ ਹੈ, ਤਾਂ ਉਹ ਸ਼ਹਿਰ ਹੈ ਜੀ ਆਪਸ਼ਨ ਏ ਡੀ ਦਿੱਲੀ ਵਿੱਚ, ਇਹਨਾਂ ਦੀ ਹੈ ਜੋ ਦਰਗਾਹ ਹੈਗੀ। ਬਾਮਨੀ ਸਲਤਨਤ ਦੀ ਨੀਂਹ ਕਿਸਨੇ ਰੱਖੀ ਸੀ? ਹਸਨ ਗੰਗੂ ਨੇ, ਕ੍ਰਿਸ਼ਨ ਦੇਵ ਰਾਏ ਨੇ, ਮਹਿਮੂਦ ਸ਼ਾਹ ਨੇ ਜਾਂ ਇਹਨਾਂ ਵਿੱਚੋਂ ਕਿਸੇ ਨੇ ਵੀ ਨਹੀਂ? ਤਾਂ ਬਾਮਨੀ ਸਲਤਨਤ ਦੀ ਨੀਂਹ ਸੀ ਜਿਹੜੀ, ਉਹ ਹਸਨ ਗੰਗੂ ਨੇ ਰੱਖੀ ਸੀ। ਆਪਸ਼ਨ ਊੜਾ ਡਾਂਸਰ ਆਏਗਾ। ਅਗਲਾ ਜੀ, ਸਿਕੰਦਰ ਦੇ ਪਿਤਾ ਦਾ ਨਾਮ ਕੀ ਸੀ? ਸੁਦੋਧਨ, ਫਿਲਿਪ, ਰਾਬਰਟ ਜਾਂ ਫਿਰ ਲਾਸਕੀ? ਤਾਂ ਉਹ ਸੀਗਾ ਜੀ ਫਿਲਿਪ, ਆਪਸ਼ਨ ਆੜਾ, ਜੋ ਸਿਕੰਦਰ ਦੇ ਪਿਤਾ ਦਾ ਨਾਮ ਸੀਗਾ। ਅਗਲਾ ਪ੍ਰਸ਼ਨ ਹੈ ਜੀ, ਸਿਕੰਦਰ ਦੇ ਸੈਨਾਪਤੀ ਦਾ ਕੀ ਨਾਮ ਸੀ? ਮੈਗਸਥਨੀਜ, ਸੈਲਿਯੁਕਸ, ਚਾਨਕੀਆ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਸਿਕੰਦਰ ਦੇ ਸੈਨਾਪਤੀ ਦਾ ਨਾਮ ਸੀਗਾ ਜੀ ਆਪਸ਼ਨ ਆੜਾ, ਸੈਲਿਯੁਕਸ, ਜੋ ਸਿਕੰਦਰ ਦਾ ਸੈਨਾਪਤੀ ਸੀ, ਇਹਨਾਂ ਦੇ ਪਿਤਾ ਦਾ ਨਾਮ ਫਿਲਿਪ ਸੀਗਾ। ਹੈਦਰ ਅਲੀ ਕਿੱਥੋਂ ਦਾ ਸੁਲਤਾਨ ਸੀਗਾ? ਮੈਸੂਰ ਦਾ, ਹੈਦਰਾਬਾਦ ਦਾ, ਬੰਗਾਲ ਦਾ ਜਾਂ ਫਿਰ ਕਲਕੱਤੇ ਦਾ? ਤਾਂ ਇਹ ਸੀਗਾ ਜੀ ਮੈਸੂਰ ਦਾ ਸੁਲਤਾਨ ਸੀਗਾ ਹੈਦਰ ਅਲੀ। ਆਪਸ਼ਨ ਊੜਾ ਸਾਡਾ ਆਂਸਰ ਆਵੇਗਾ। ਹੈਦਰ ਅਲੀ ਦੀ ਮੌਤ ਕਦੋਂ ਹੋਈ ਸੀ? 1782 ਵਿੱਚ, 1728 ਵਿੱਚ, 1786 ਵਿੱਚ ਜਾਂ ਫਿਰ 1792 ਈਸਵੀ ਵਿੱਚ? ਕਿਹੜੀ ਟਾਈਮ ਸੀ ਜਦੋਂ ਹੈਦਰ ਅਲੀ ਦੀ ਮੌਤ ਹੋਈ ਸੀ? ਤਾਂ ਇਹ ਹੋਈ ਸੀ ਜੀ 1782 ਵਿੱਚ ਹੈਦਰ ਅਲੀ ਦੀ ਮੌਤ ਹੋਈ ਸੀ। ਮੈਸੂਰ ਦਾ ਇਹ ਸ਼ਾਸਕ ਸੀਗਾ, ਯਾਨੀ ਕਿ ਸੁਲਤਾਨ ਸੀਗਾ। ਅਵੰਤੀ ਰਾਜ ਦੀ ਰਾਜਧਾਨੀ ਕਿਹੜੀ ਸੀ? ਉਜੈਨ, ਗਵਾਲੀਅਰ, ਅਹਿਮਦਨਗਰ ਜਾਂ ਫਿਰ ਭੋਪਾਲ? ਤਾਂ ਅਵੰਤੀ ਰਾਜ ਦੀ ਜਿਹੜੀ ਰਾਜਧਾਨੀ ਸੀ ਉਹ ਉਜੈਨ ਸੀ। ਆਪਸ਼ਨ ਊੜਾ ਸਾਡਾ ਆਂਸਰ ਆਏਗਾ। ਚੰਦਰਗੁਪਤ ਪਹਿਲੇ ਨੇ ਮਗਧ ਵਿਖੇ ਗੁਪਤ ਸਾਮਰਾਜ ਦੀ ਸਥਾਪਨਾ ਕੀਤੀ ਕਿਹੜੀ ਸਦੀ ਵਿੱਚ ਕੀਤੀ ਸੀ? ਚੌਥੀ ਸਦੀ ਈਸਵੀ ਪੂਰਵ, ਦੂਸਰੀ ਸਦੀ ਈਸਵੀ ਪੂਰਵ, ਤੀਜੀ ਸਦੀ ਈਸਵੀ ਪੂਰਵ ਜਾਂ ਫਿਰ ਪੰਜਵੀਂ ਸਦੀ? ਇੱਥੇ ਪੰਜਵੀਂ ਸਦੀ ਆਏਗਾ ਜੀ। ਚੰਦਰਗੁਪਤ ਪਹਿਲੇ ਨੇ ਮਗਧ ਵਿਖੇ ਗੁਪਤ ਸਾਮਰਾਜ ਦੀ ਸਥਾਪਨਾ ਕਿਹੜੀ ਸਦੀ ਵਿੱਚ ਕੀਤੀ ਸੀ? ਤਾਂ ਇਹ ਕੀਤੀ ਸੀ ਜੀ ਪੰਜਵੀਂ ਸਦੀ ਵਿੱਚ, ਪੰਜਵੀਂ ਸਦੀ ਆਂਸਰ ਆਏਗਾ। ਸੋ ਦੋਸਤੋ, ਇਹ ਅਗਲੇ ਪਾਰਟ ਦੇ ਅਗਲੇ ਮੋਸਟ ਇੰਪੋਰਟੈਂਟ ਪ੍ਰਸ਼ਨ ਸੀ। ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਅਗਰ ਸਾਡੇ ਤੋਂ ਵੀ ਕੋਈ ਗਲਤ ਆਂਸਰ ਟਿੱਕ ਹੋ ਜਾਂਦਾ ਹੈ ਤਾਂ ਵੀਡੀਓ ਦੇ ਕਮੈਂਟ ਵਿੱਚ ਪ੍ਰਸ਼ਨ ਨੰਬਰ ਪਾ ਕੇ ਅਤੇ ਉਹਦਾ ਆਂਸਰ ਪਾ ਕੇ ਜ਼ਰੂਰ ਮੈਨਸ਼ਨ ਕਰ ਦਿਆ ਕਰੋ, ਕਿਉਂਕਿ ਟਾਈਪ ਕਰਨ ਵੇਲੇ ਮਿਸਪ੍ਰਿੰਟ ਵੀ ਹੋ ਜਾਂਦਾ ਅਤੇ ਗਲਤ ਆਂਸਰ ਵੀ ਟਿੱਕ ਹੋ ਜਾਂਦਾ। ਸੋ ਇਸੇ ਤਰ੍ਹਾਂ ਤੁਹਾਡੇ ਲਈ ਅਸੀਂ ਕੁਐਸਚਨ ਹੈ ਜੋ ਪ੍ਰੋਵਾਈਡ ਕਰਦੇ ਰਹਾਂਗੇ। ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ। ਧੰਨਵਾਦ ਜੀ।